ਬਰਕਤਵਾ ਨਹਿਰ ਹੈ ਜੀ। ਪਿਛਲੇ ਸੁਬਾ ਦੇ ਅਸੀਂ ਫੋਨ ਕਰੀ ਜਾਂਦੇ, ਸਾਡੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਨੇ, ਪਰ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਇਹੀ ਕਿਹਾ ਯਾਰ ਵੀ ਅਸੀਂ ਘਟਾਤਾ ਪਾਣੀ, ਘਟਾਤਾ 1% ਵੀ ਪਾਣੀ ਨਹੀਂ ਘਟਿਆ ਜੀ। ਘੱਟੋ ਘੱਟ 1000 ਕਿੱਲੇ ਦਾ ਨੁਕਸਾਨ ਹੋ ਗਿਆ, ਸਾਡੀ ਫਸਲ ਬਰਬਾਦ ਹੋ ਗਈ ਹੈ, ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਨਹਿਰ ਦੇ ਵਿੱਚ ਪਾੜ ਪੈਣ ਦੇ ਨਾਲ 1000 ਏਕੜ ਫਸਲ ਪਾਣੀ ਦੀ ਮਾਰ ਹੇਠਾਂ ਆ ਗਈ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਆਪਣੀ ਫਸਲ ਤਬਾਹ ਹੋਣ ਦਾ ਡਰ ਸਤਾਉਣ ਲੱਗਾ, ਜਿਸ ਦੇ ਚੱਲਦਿਆਂ ਕਿਸਾਨਾਂ ਦੇ ਵੱਲੋਂ ਖੁਦ ਹੀ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਦੁਪਹਿਰੇ 3 ਵਜੇ ਦੇ ਕਰੀਬ ਇਸ ਦੇ ਵਿੱਚ ਪਾੜ ਪਿਆ, ਪਰ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਮੌਕੇ ਦੇ ਉੱਤੇ ਨਹੀਂ ਪਹੁੰਚਿਆ। ਕਿਸਾਨਾਂ ਦੇ ਵੱਲੋਂ ਖੁਦ ਹੀ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਇਸ ਪਾੜ ਨੂੰ ਪੂਰਨ ਦੇ ਵਿੱਚ, ਪਰ ਹਾਲੇ ਤੱਕ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ। ਤਾਂ ਜਲਾਲਾਬਾਦ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਹਿਰ ਦੇ ਵਿੱਚ ਪਾੜ ਪਿਆ, ਜਿਸ ਦੇ ਕਾਰਨ 1000 ਏਕੜ ਫਸਲ ਪਾਣੀ ਦੀ ਚਪੇਟ ਦੇ ਵਿੱਚ ਆ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਨਹਿਰ ਹੈ ਉਹ ਟੁੱਟੀ ਹੋਈ ਹੈ, ਅਤੇ ਉਸਨੂੰ ਪੂਰਨ ਦੀਆਂ ਕੋਸ਼ਿਸ਼ਾਂ ਜੋ ਨੇ ਕਿਸਾਨਾਂ ਦੇ ਵੱਲੋਂ ਖੁਦ ਹੀ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਲਗਾਤਾਰ ਇਹ ਪਾੜ ਵੱਧਦਾ ਜਾ ਰਿਹਾ। ਪਹਿਲਾਂ ਕਿਹਾ ਜਾ ਰਿਹਾ ਕਿ 15 ਫੁੱਟ ਦਾ ਪਾੜ ਸੀ, ਪਰ ਦੇਖਦੇ ਹੀ ਦੇਖਦੇ ਜਦੋਂ ਇਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਨਾਲ ਵਾਲੀ ਮਿੱਟੀ ਵੀ ਜੋ ਹੈ ਉਹ ਪਾਣੀ ਦੇ ਨਾਲ ਹੀ ਵਹਿੰਦੀ ਗਈ, ਅਤੇ ਪਾੜ ਹੁਣ 25 ਫੁੱਟ ਤੋਂ ਉੱਪਰ ਦਾ ਹੋ ਗਿਆ, ਜਿਸ ਦੇ ਕਾਰਨ 1000 ਏਕੜ ਫਸਲ ਪਾਣੀ ਦੀ ਮਾਰ ਹੇਠਾਂ ਆ ਗਈ, ਅਤੇ ਕਿਸਾਨਾਂ ਨੂੰ ਹੁਣ ਆਪਣੀ ਫਸਲ ਬਰਬਾਦ ਹੋਣ ਦਾ ਖਤਰਾ ਸਤਾਉਣ ਲੱਗ ਗਿਆ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਖੁਦ ਹੀ ਆਪ ਜੋ ਸੂਹਾ ਹੈ ਉਸਦੇ ਵਿੱਚ ਉਤਰ ਕੇ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਨੇ। ਇਹਦੇ ਟਾਣੇ ਨੂੰ ਰੁੱਖ, ਪਹਿਲਾਂ ਇਹਦੇ ਤੇ ਰਾਜ ਬਾਗ ਟਾਣੇ ਦੇ ਵਿਚਾਲੋ ਜੀ ਟੁੱਟੀ ਨਹਿਰ, ਪਰ ਪ੍ਰਸ਼ਾਸਨ ਤਾਂ ਬਸ 1 ਵਜੇ ਲੱਗੇ ਬੰਦੇ, ਵੇਖੋ ਸਾਡਾ ਹਾਲ ਕੀ ਹੋ ਗਿਆ। ਕੋਈ ਬੰਦਾ ਨਹੀਂ ਸਾਡੇ ਕੋਲ ਪਹੁੰਚਿਆ, ਸਿਰਫ 2 ਬੇਲਦਾਰ ਉਹ ਵੀ ਸਾਡੇ ਪਿੰਡ ਦੇ ਨੇ, ਹਮਦਰਦੀ ਗਿਲ ਜੋ ਮਰਜ਼ੀ ਆਏ ਨੇ, ਪਿੱਛੋਂ ਪਾਣੀ ਪਰ ਬੰਦ ਨਹੀਂ ਹੋ ਰਿਹਾ ਪਾਣੀ, ਅਜੇ ਵੇਖ ਲਓ ਕਿੰਨਾ ਪਾਣੀ ਪੈ ਗਿਆ, ਪੂਰੀ ਸੇਮ ਛੋਟੇ ਫਲੀਆਂ ਤੱਕ ਪਾਣੀ ਪਹੁੰਚ ਚੁੱਕਿਆ। ਫਸਲ ਜਿਹੜਾ ਅੱਜ 2-4 ਦਿਨ ਹਫ਼ਤਾ ਲਾਇਆ ਝੋਨਾ, ਸਾਰਾ ਬਰਬਾਦ ਹੋ ਗਿਆ। 4,045 ਰੁਪਏ ਲੇਬਰ ਹੈ ਅੱਜ, ਤੁਸੀਂ ਦੱਸੋ ਕਿਵੇਂ ਭਰਾਂਗੇ? ਤਾਂ ਜਿੰਨਾ ਰੇਤਾ ਚੜ੍ਹ ਗਿਆ ਉਹ ਤਾਂ ਕੌਣ ਹੁੰਦਾ ਜ਼ਿੰਮੇਵਾਰ ਹੈਗਾ ਜੀ, ਪਰ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ, ਨਲਾਇਕੀ ਬਹੁਤ ਜ਼ਿਆਦਾ ਵੱਡੀ ਨਲਾਇਕੀ ਹੈ। ਅਰਜੀ ਜਈ ਐਸ ਟੀ ਓ ਐਕਸ ਤੱਕ ਤਾਂ ਫੋਨ ਕਰਦੇ ਨੇ, ਉਸ ਤੋਂ ਵੱਡਾ ਕਿਸੇ ਅਫਸਰ ਸਾਡੇ ਕੋਲ ਨੰਬਰ ਹੈ ਨਹੀਂ ਸੀ। ਬਸ ਆ ਰਿਹਾ ਜੀ ਬੰਦਾ ਪਿੱਛੋਂ ਪਾਣੀ ਘੱਟ ਕਰਵਾ ਰਿਹਾ ਬਾਈ, ਇਹ ਇੱਕੋ ਉਹਨਾਂ ਲੱਭ ਜੀ, ਤਾਂ ਕੁਛ ਨਹੀਂ ਹੋਇਆ ਜੀ। ਦੇਖ ਲਓ ਉਵੇਂ ਨਹਿਰ ਫੁੱਲ ਤਾਂ ਸਾਰੀ ਟੁੱਟ ਗਈ, 3 ਵਾਰ ਨਹਿਰ ਟੁੱਟੀ, ਇੱਥੋਂ 1 ਉੱਪਰ ਟੁੱਟੀ ਫਿਰ ਟੁੱਟੀ, 3 ਵਾਰੀ ਇਸੇ ਪਾੜ ਤੋਂ ਟੁੱਟ ਗਈ। ਬਰਕਤਵਾਨ ਹੈ ਕਿ ਜੋ ਨਹਿਰ ਟੁੱਟੀ ਰਾਜਬਖਸ਼ ਅਤੇ ਨਾਨਕਿਆ ਨਾਂਡੇ ਦੀ ਢਾਣੀ ਦੋਨੇ ਵਿਚਾਲੋ ਟੁੱਟ ਗਈ ਜੀ, ਦੋਨਾਂ ਦੀ ਇਹਨਾਂ ਦੀ ਕੋਠੀ ਨੁਕਸਾਨ ਹੋ ਗਿਆ, ਉਹਨਾਂ ਦੇ ਘਰ ਦਾ ਪਾਣੀ ਵੜ ਜਾਂਦਾ ਕਿ ਆ ਕੇ ਤੇੜੇ ਦੇਖ ਸਕਦੇ ਜੀ ਅੰਦਰ ਜਾ ਕੇ ਤੁਸੀਂ, ਪਰ ਪ੍ਰਸ਼ਾਸਨ ਦਾ ਇਹ ਕੋਈ ਨਹੀਂ ਹੈਗਾ ਵੀ ਆਈਏ, ਕੋਈ ਉਹਨੂੰ ਕੋਈ ਤਾਂ ਕੋਈ ਹੈਲਪ ਤਾਂ ਕਰੇ ਪਿੰਡ ਵਾਲੇ ਜੀ, ਪਿੰਡ 'ਚ ਗੱਟੇ ਖਤਮ ਹੋ ਗਏ ਜੀ, ਮਿੱਟੀ ਸਾਡੇ ਕੋਲ ਹੈ ਨਹੀਂ ਬਿਲਕੁਲ, ਵੇਖੋ ਕਿੱਥੋਂ ਪਾਸ ਹੋਟਲ ਲਈ ਲਵਾਈ, 4,045 ਰੁਪਏ ਲਵਾਈ ਜੀ, ਪਤਾ ਚੜ ਗਿਆ ਹੁਣ ਹਿਸਾਬ ਕਰਦਾ ਕਦਾ ਕਿੰਨਾ ਟਾਈਮ ਲੱਗ ਜਾਏਗਾ ਇਹ ਵੇਖੋ, ਪਰ ਪ੍ਰਸ਼ਾਸਨ ਦਾ ਫਰਜ਼ ਬਣਦਾ, ਨਹਿਰ ਦਾ ਘੱਟ ਕਰਵਾ ਦੇ, ਹੋਰ ਨੇ ਕੋਈ ਕਰਵਾ ਦਿੱਤਾ ਜੀ। ਬਹੁਤ ਵੱਡੀ ਗਲਤੀ ਹੈ, ਸਾਰੇ ਰੁੱਖ ਜਿਹੜੇ ਨਹਿਰ ਦੇ ਬਿਲਕੁਲ ਕਿਨਾਰੇ ਦੇ ਲਾਤੇ, ਉਹ ਹਵਾ ਚੱਲਦੀ ਹੈ, ਨਹਿਰ ਚੱਲਦਾ ਹੈ, ਗਿੱਲੇ ਬਾਹਰ ਪੈ ਜਾਂਦੇ ਆ ਕੇ ਤ੍ਰੇੜਾਂ ਪਾ ਦਿੱਤੀ, ਨਹਿਰ ਦਾ ਟੁੱਟਣ ਦਾ ਜ਼ਿਆਦਾ ਕਾਰਨ ਜਿਹੜਾ ਜੰਗਲਾਤ ਦਾ ਰੁੱਖ ਨਹਿਰ ਹਿੱਲ ਜਾਂਦੀ, ਪਹਿਲਾਂ ਹੁਣ ਤਾਂ ਕਾਫੀ ਸਿਆਰ ਹੋ ਗਿਆ, ਬਾਅਦ ਪਿਛਲੇ ਸਾਲ ਉੱਥੇ ਟੁੱਟੀ ਸੀ, ਮੋਗੇ ਕੋਲ ਸਾਡੇ ਅਤੇ ਸਰ 4-5 ਜਗ੍ਹਾ ਟੁੱਟ ਗਈ, ਪਹਿਲੇ ਉੱਥੇ ਟੁੱਟੀ, ਫਿਰ ਉੱਥੇ, ਫਿਰ ਅੱਗੇ ਵੀ, ਅੱਜ ਹੀ ਹਾਂ ਟੁੱਟੀ, ਹੋਰ ਫੋਨ ਆ ਗਈ, ਕਟਾਈ ਨਹੀਂ ਹੋਈ ਚੰਗੀ ਤਰ੍ਹਾਂ, ਕਟਾਈ ਹੋਈ ਕਟਾਈ ਨਹਿਰ ਦੀ ਕੰਮ ਹੋਈ ਹੈ, ਇਸ ਕਰਕੇ ਸਾਰਾ ਨੁਕਸਾਨ, ਸਾਡੀਆਂ ਫਸਲਾਂ ਤਿਆਰ ਹੋਈਆਂ ਖੜੀਆਂ ਨੇ, 2 ਮਹੀਨਾ ਉਹਦਾ ਝੋਨੇ ਲਗਾਏ ਨੇ, ਫਿਰ ਸਾਰੇ ਝੋਨੇ ਬਰਬਾਦ ਹੋ ਗਏ, ਘੱਟ ਤੋਂ ਘੱਟ 800,000 ਕਿੱਲੇ ਦੇ ਕਰੀਬ ਤਾਂ ਹੋ ਚੁੱਕੀ ਤਾਂ, ਜੇ ਰਾਤ ਚੱਲਦਾ ਰਿਹਾ ਤਾਂ ਹੋਰ ਵੀ 1,000 ਕਿੱਲੇ ਨੂੰ ਪੈ ਜਾਏਗਾ, ਪਿੰਡ ਰਾਈਆਂ ਵਾਲਾ ਚੱਕ ਰਾਈਆਂ ਵਾਲਾ 2 ਪਿੰਡਾਂ ਦਾ ਰਕਬਾ ਜਾਂਦਾ, ਉਹਨਾਂ ਦੇ ਰਕਬਾ ਅੱਗੇ ਆ ਜਾਂਦੇ, ਪਾਣੀ ਪਹੁੰਚ ਗਿਆ, ਸੇਮ ਨਾਲੀ ਤੱਕ ਪਾਣੀ ਪਹੁੰਚ ਗਿਆ ਜੀ। ਨਹਿਰ ਦਾ ਜੋ ਨਿਕਾਸ ਆ ਕਾਫੀ ਉੱਚੇ ਪੱਧਰ 'ਤੇ ਹੋ ਗਿਆ ਸੀ, ਅਤੇ ਸਾਨੂੰ ਤਕਰੀਬਨ 10 ਵਜੇ ਪਤਾ ਚੱਲਿਆ ਕਿ
ਨਹਿਰ ਦਾ ਫਲੋ ਉੱਪਰ ਹੋ ਗਿਆ ਅਤੇ ਅਸੀਂ ਆਏ ਪਿੰਡ ਵਾਸੀ ਸਾਰੇ ਆਏ ਪਰ ਕੰਟਰੋਲ ਨਹੀਂ ਹੋਇਆ ਪਾਣੀ। ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪਰ ਉਹ ਮੌਕੇ 'ਤੇ ਕੋਈ ਨਹੀਂ ਪਹੁੰਚਿਆ ਜੀ। ਪਿੰਡ ਦੇ ਦੋ ਸਾਰੇ ਪਿੰਡ ਨੇ ਦੋ JCBਆਂ ਟਰਾਲੀਆਂ ਲੈ ਕੇ ਆਏ ਨੇ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਨਹਿਰ 'ਤੇ ਘੱਟੋ ਘੱਟ 20-25 ਫੁੱਟ ਦਾ ਪਾੜ ਪੈ ਚੁੱਕਿਆ। ਪਾੜ ਵਾਲੀ ਘਟਨਾ ਤਕਰੀਬਨ 3:30 ਟਾਈਮ ਸੀ, ਨਹੀਂ ਜੋ ਨਹਿਰ ਟੁੱਟੀ 3 ਵਜੇ ਟੁੱਟ ਗਈ। ਮੇਰੇ ਹਿਸਾਬ ਨਾਲ ਘੱਟੋ ਘੱਟ 1000 ਕਿੱਲਾ ਪਲੱਸ ਪ੍ਰਭਾਵਿਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ, ਬਾਕੀ ਅਜੇ ਪਾਣੀ ਉੱਦਾਂ ਹੀ ਉਵੇਂ ਚੱਲ ਰਿਹਾ। ਪ੍ਰਸ਼ਾਸਨ ਅਜੇ ਤੱਕ ਮੌਕੇ 'ਤੇ ਨਹੀਂ ਪਹੁੰਚਿਆ ਜੀ। ਨਹਿਰ ਤਾਂ ਮੇਰੇ ਹਿਸਾਬ ਨਾਲ ਕੰਧਾਂ ਨੂੰ ਤਰੇੜਾ ਤਾਂ ਆ ਚੁੱਕੀਆਂ ਜੀ, ਬਾਕੀ ਦੇਖੋ ਕਿ ਕਿੰਨਾ ਨੁਕਸਾਨ ਹੁੰਦਾ। ਹਾਂ ਕਟਾਈ ਤਾਂ ਪਿੱਛੇ ਹੋਈ ਸੀ, ਬਾਕੀ ਬਾਰਿਸ਼ ਹੋਣ ਕਰਕੇ ਮੌਕੇ ਬੰਦ ਹੋ ਗਏ ਸੀ, ਉਸ ਕਰਕੇ ਓਵਰ ਫਲੋ ਹੋ ਗਿਆ, ਉਸ ਕਰਕੇ ਨਹਿਰ ਦਾ ਪੱਧਰ ਵਧਣ ਕਰਕੇ ਨਹਿਰ ਟੁੱਟੀ ਹੈ ਜੀ। ਪ੍ਰਸ਼ਾਸਨ ਨਹੀਂ ਮੌਕੇ 'ਤੇ ਪਹੁੰਚਿਆ ਅਜੇ ਤੱਕ ਜੀ, ਪਰ ਪ੍ਰਸ਼ਾਸਨ ਦੇ ਨਾਲ ਲੈ ਕੇ ਹੈ, ਪ੍ਰਸ਼ਾਸਨ ਆਵੇ ਸਾਰਾ ਦੇਖੇ, ਪਹਿਲੇ ਆ ਜਾਣਾ ਚਾਹੀਦਾ ਜੀ। ਸੁਬਹਾ 10 ਵਜੇ ਦਾ ਇਹ ਰੌਲਾ ਪਿਆ, ਪਿੰਡ 'ਚ ਆਵਾਜ਼ਾਂ ਵੀ ਕਾਫੀ ਆਈਆਂ ਨੇ ਪਰ ਅਜੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਜੀ। ਪਿੰਡ ਪੱਧਰ 'ਤੇ ਲੱਗੇ ਹੋਏ ਜੀ ਸਭ।